अस्सलाम वालेकुम जी। तुसी वेखदे पे हो संभड़ियाल सिटी। अज असी रेलवे स्टेशन ते मौजूद हाँ, जिहड़ा तुहानू असी वखाण लग्गे कि किसी भी मुल्क की तरक्की च रेलवे का बड़ा किरदार हुंदा है। साडे हमसाए मुल्क नाल साडी दुश्मनी ते हर लैवल ते वे, लेकिन तरक्की की अगर असी गल करिए ते तरक्की वो साडे नाल बहुत अगे वे। ईवन कि रेलवे डिपार्टमेंट च भी बहुत ज़्यादा अगे वे, इतना ज़्यादा रेवीन्यू जनरेट कर रहा वे। लेकिन पाकिस्तान ने एक इंफ्रास्ट्रक्चर होंदिया होया लाइना बिछिया ने, लेकिन वो बावजूद भी यदा फायदा नहीं उठा सके। अज मैं मौजूद हाँ उगो की रेलवे स्टेशन पर, जिधर कभी बड़ी रौनक होंदी सी, ट्रेना आंदियां जांदियां रहिंदियां सन, जबकि हुण सिर्फ एक ट्रेन, इकलौती वाहद ट्रेन जिहड़ी है वो आंदी जांदी है। उनका नाम की है जी? बहु बहु। पहले आउंदी सी तां हुण बहु तों बाद जनाब लामा इकबाल ट्रेन जी ना इकलौती, उन्हें लाहौर जाना है, लाहौरों कराची शायद जाती है, उतू जनाब फिर टुर वापस फिर नारोवाल आती है। अगर यदि तुसी स्ट्रक्चर की गल करिए तो स्ट्रक्चर इस वास्ते कुछ कदरे हालत मौजूद है, क्योंकि एक इकलौती ट्रेन का इस्तकबाल भी तो करना होंगे। प्रॉपर्टी रेलवे की करोड़ों रुपए की बिल्कुल जी टी रोड के नाल है, जिन्हों यूटिलाइज किया जा सकता है बेहतरीन तरीके दे नाल, लेकिन फिलहाल यदि कोई तवज्जो नहीं। 32 गोदाम मौजूद है इतने, ठीक है जी, जिहड़ा रेलवे स्टेशन च जरूरी होंदा है। ये नाल साढ़े को दफ्तर स्टेशन मास्टर का, इस टाइम तो ताला लगा है स्टेशन मास्टर साहब जरा ना, क्योंकि उन्होंने पता शाम नहीं वापस ट्रेन आनी है, तो लिहाजा वो रेस्ट रुस्ट जरा कर गए ने। तो ये नाल थोड़ा जहा उन्होंने टिकट घर बनाया वे अपना, ठीक है। ਇਹ ਜ਼ਰਾ ਵਿਖਾ ਉਹਨਾਂ ਥੋੜ੍ਹਾ ਜਿਹਾ ਇੱਧਰ ਨੂੰ ਕਿ ਇਹ ਹੁੰਦਾ ਟਰੈਕ ਨੂੰ ਕੰਟਰੋਲ ਕਰਨ ਵਾਸਤੇ ਜਿਹੜੀ ਡਿਊਟੀ ਹੁੰਦੀ ਹੈ ਮੇਨ, ਕਿ ਟ੍ਰੇਨ ਜਦੋਂ ਆਉਣੀ ਹੈ ਤਾਂ ਟਰੈਕ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਵੇ, ਉਹਦਾ ਕੰਟਰੋਲਰ ਹੈ। ਤਜ਼ੀਨੋ ਰਾਜ ਥੋੜ੍ਹੀ ਬਹੁਤੀ ਕਿਸੇ ਜ਼ਮਾਨੇ 'ਚ ਉਹਨਾਂ ਨੇ ਕੀਤੀ ਸੀ। ਇਹ ਹਦਾਇਤ ਨੇ, ਇਹ ਟਿਕਟ ਘਰ ਹੈ ਜਨਾਬ ਰਵਾਇਤੀ, ਠੀਕ ਹੈ। ਜਿਹੜਾ ਸਾਡੇ ਟਿਕਟ ਘਰ ਹੁੰਦੇ ਨੇ ਉਹ ਫਿਲਹਾਲ ਵੇਖੋ ਨਾ ਇੱਕ ਹੀ ਟਾਈਮ ਟੇਬਲ ਹੈ ਕਿ ਜਨਾਬ ਵਜ਼ੀਰਾਬਾਦ ਤੋਂ ਸਿਆਲਕੋਟ ਅਤੇ ਸਿਆਲਕੋਟ ਵਜ਼ੀਰਾਬਾਦ ਜਿਹੜੀ ਟ੍ਰੇਨ ਆਉਣੀ ਜਾਣੀ। ਕਿਰਾਇਆਨਾਮਾ ਵੀ ਡਿਸਪਲੇ ਕੀਤਾ ਹੋਇਆ ਇਹਦੇ 'ਤੇ, ਠੀਕ ਹੈ। ਅੱਛਾ ਜੀ, ਇਹ ਨਾ ਛੋਟਾ ਜਿਹਾ ਵੇਖੋ ਮੁਸਾਫਰਖਾਨਾ ਹੈ, ਮੁਸਾਫਰ ਵੀ ਹੁਣ ਉਹਨੇ ਕੋਈ ਆਉਂਦੇ ਨੇ ਤਾਂ ਫਿਰ ਟ੍ਰੇਨ ਦਾ ਮੁਸਾਫਰਖਾਨਾ ਵੀ ਉਹਨਾਂ ਕੋਈ ਰੱਖਿਆ ਛੋਟਾ ਜਿਹਾ, 2-4 ਬੈਂਚ ਲੱਗੇ ਨੇ ਅੱਗੇ ਲਈ। ਅਗਰ ਅਸੀਂ ਪੁਰਾਣੀ ਕਮਰਾ ਹੈ ਲੱਗਦਾ ਸਦੀਆਂ ਦਾ ਬੰਦ ਹੀ ਰੱਖਿਆ ਇਹਨੂੰ, ਨਾ ਇਹਨੂੰ ਖੋਲ੍ਹਣ ਦੀ ਜ਼ਰੂਰਤ ਮਹਿਸੂਸ ਕੀਤੀ। ਤਾਲਾ ਹੀ ਇਹਦਾ ਦੱਸਦਾ ਪਿਆ ਵੇ ਕਿ ਮੈਨੂੰ ਬੜੇ ਅਰਸੇ ਤੋਂ ਖੋਲ੍ਹਿਆ ਹੀ ਨਹੀਂ ਗਿਆ ਹੈ, ਠੀਕ ਹੈ ਜੀ। ਔਰ ਅਗਰ ਅੱਗੇ ਆ ਜਾਓ ਰੇਲਵੇ ਦੀ ਪ੍ਰਾਪਰਟੀ ਰੇਲਵੇ ਦੇ ਜਿਹੜੇ ਮੁਲਾਜ਼ਮ ਹੀ ਨੇ ਉਹਨਾਂ ਵਾਸਤੇ ਰੇਲਵੇ ਨੇ ਆਪਣੀ ਜਗ੍ਹਾ 'ਤੇ ਪ੍ਰਾਪਰਟੀਜ਼ ਬਣਾਈਆਂ ਹੁੰਦੀਆਂ ਨੇ, ਘਰ ਉਹਨਾਂ ਨੂੰ ਰਿਹਾਇਸ਼ਾਂ ਦਿੱਤੀਆਂ ਹੁੰਦੀਆਂ ਨੇ, ਅਤੇ ਇਹ ਰਿਹਾਇਸ਼ਾਂ ਹਾਂਜੀ ਉੱਲੂ ਇਸ ਵਾਸਤੇ ਬੋਲਦੇ ਨੇ ਕਿ ਇਹ ਜ਼ਾਤੀ ਪ੍ਰਾਪਰਟੀ ਨਹੀਂ ਨਾ ਹੈ, ਗੌਰਮੈਂਟ ਦੀ ਪ੍ਰਾਪਰਟੀ ਹੈ। ਅਲਾਟ ਉਹ ਮੁਲਾਜ਼ਮਿਨ ਹੋਈਆਂ ਨੇ ਤਾਂ ਮੁਲਾਜ਼ਮਿਨ ਛੱਡ ਕੇ ਟੁਰ ਗਏ ਨੇ, ਉਹ ਉਸ ਫੰਡ ਲੈ ਰਹੇ ਨੇ, ਠੀਕ ਹੈ ਜੀ, ਜਿਹੜਾ ਉਹਨਾਂ ਸਹੂਲਤਾਂ ਮਿਲਣੀ ਨੇ ਉਹ ਲੈ ਰਹੇ ਨੇ। ਲੇਕਿਨ ਕੁਛ ਜਗ੍ਹਾ 'ਤੇ ਅਗਰ ਵੇਖੀਏ ਜਿਹੜਾ ਕੋਈ ਥੋੜ੍ਹਾ ਬਹੁਤਾ ਸਾਫ਼ ਹੈ ਕਮਰਾ ਉਹਨੂੰ ਰੈਂਟ 'ਤੇ ਦੇ ਦਿੱਤਾ ਹੈ, ਠੀਕ ਹੈ ਨਾ। ਉਹ ਇਸ ਵਾਸਤੇ ਹੀ ਹੈ ਨਾ ਕਿ ਰੇਲਵੇ ਦੀ ਤਬਾਹੀ ਬਰਬਾਦੀ 'ਚ ਅਫਸਰਾਂ ਨੇ ਬਾਲਾ ਦੀ ਕਾਰਗਰਦਗੀ ਜਿਹੜੀ ਜ਼ਰੂਰੀ ਹੈ, ਔਰ ਉਹਨਾਂ ਦਾ ਹੀ ਐਫਰਟ ਬਿੱਲ ਸਰਕਾਰ ਨੇ ਦੇਣਾ ਹੈ ਅਤੇ ਬਿਜਲੀ ਚੱਲ ਰਹੀ ਹੈ। ਅੱਜ ਕੱਲ੍ਹ ਗੈਸ ਦੇ ਬਿੱਲ ਇੰਨੇ ਆ ਰਹੇ ਨੇ, ਆਮ ਆਦਮੀ ਦੀ ਕਮਰ ਟੁੱਟੀ ਪਈ ਹੈ, ਬਿਜਲੀ ਦੇ ਬਿੱਲ ਵੀ ਇੰਨੇ ਆਉਂਦੇ ਨੇ ਵੀ ਇੱਕ ਟੁੱਟੀ ਪਈ ਹੈ ਕਮਰ। ਲੇਕਿਨ ਜਦੋਂ ਫਰੀ ਚੱਲੇ ਅਤੇ ਫਿਰ ਅਫਸਰ ਜਿਹੜੇ ਨੇ ਫਿਰ ਉਹ ਦਿਨ ਰਾਤ ਚਲਾਈ ਰੱਖਦੇ ਨੇ। ਹਾਂਜੀ, ਇਹ ਸਾਰੀ ਰੇਲਵੇ ਜਿਹੜੀ ਹੈ ਨਾ, ਇਹ ਕੂੜਾ ਵੀ ਰੇਲਵੇ ਦੀ ਪ੍ਰਾਪਰਟੀ 'ਚ ਆਉਂਦਾ ਵੀ, ਉਹਨਾਂ ਨੇ ਆਪ ਹੀ ਸਟਵਾਇਆ ਇੱਥੇ, ਠੀਕ ਹੈ, ਤਾਂ ਕਿ ਬਵਕਤੇ ਜ਼ਰੂਰਤ ਇਸਤੇਮਾਲ ਕੀਤਾ ਜਾ ਸਕੇ। ਇਹ ਅਗਰ ਪ੍ਰਾਈਵੇਟ ਇਹਨੂੰ ਕਰ ਦਿੱਤਾ ਜਾਏ ਨਾ ਅਗਰ ਇਸ ਅਦਾਰੇ ਨੂੰ, ਤਾਂ ਤੁਸੀਂ ਜਿਹੜਾ ਸਾਨੂੰ ਕੂੜਾ ਕਰਕਟ ਕਬਾੜ ਨਜ਼ਰ, ਇੱਥੇ ਜਨਾਬ ਬਿਲਡਿੰਗ ਖੜੀ ਹੋ ਜਾਏ, ਇੱਥੇ ਪਲਾਜ਼ੇ ਹੋ ਜਾਣ, ਕਿ ਸ਼ਾਪਿੰਗ ਪਲਾਜ਼ੇ ਬਣਾ ਦਿੱਤੇ ਜਾਣ, ਕਿ ਫਾਲਤੂ ਜ਼ਮੀਨ ਇਸਤੇਮਾਲ 'ਚ ਲਿਆਈਏ। ਲੇਕਿਨ ਚੂੰਕਿ ਗੌਰਮੈਂਟ ਦੀ ਪ੍ਰਾਪਰਟੀ ਹੈ ਨਾ, ਅਫਸਰਾਂ ਨੇ ਬਾਲਾ ਨੇ ਉੱਤੇ ਰਿਪੋਰਟ ਕਰਨੀ ਹੈ ਜੀ, ਇੱਥੇ ਇਹ ਹੋ ਸਕਦਾ ਫਜ਼ੂਲ ਇੱਕ ਟ੍ਰੇਨ ਦੇ ਵਿੱਚ ਅਸੀਂ ਇੰਤਜ਼ਾਰ ਦੇ ਵਿੱਚ ਬੈਠੇ ਰਹਿੰਦੇ ਹਾਂ, ਸਾਨੂੰ ਕੋਈ ਬਿਜ਼ਨਸ ਹੀ ਹੋਰ ਕਰਵਾ ਦਿਓ ਨਾਲ, ਅਸੀਂ ਜਿਹੜਾ ਨਾ ਕੋਈ ਪੈਸੇ ਚਾਰ ਕਮਾ ਲਈਏ। ਮਗਰ ਨਹੀਂ, ਤਵੱਜੋ ਕੋਈ ਨਹੀਂ। ਟਰੈਕ ਦੀ ਵੇਖੋ ਸਫਾਈ ਦੀ ਹਾਲਤ, ਕੂੜਾ ਇਕਲੌਤੀ ਟ੍ਰੇਨ ਹੋਣੀ ਹੈ ਉਹਦਾ ਵੀ ਟਰੈਕ ਗੰਦਗੀ, ਔਰ ਨਾਲ ਜੋਹੜ ਜਿਹੜਾ ਉਹ ਲੱਗਾ ਹੈ ਉਹ
निगाह करिए उहदे वल जां उहदा सफर करके जाइए कि इदारे की कारकरदगी है। अगू सानू मूह तकदा है कि किधर तुसी आ गए, मेरे वाल तो कदी बंदे ही नहीं आए हैं जिन्हां दे जिम्मे मेरी ड्यूटी लगाई गई है, तो सानू अफसोस ही हुंदा है। तो असी यही कहने अज के वीडियो के जरिए नाल पैगाम साडा है कि साडा कौमी एहसास है, इहदे वल तवज्जो दवो ताकि जिहड़ा वे इहदे तों दो तीन ट्रेनों विच बढ़ाओ, सियालकोट संभड़ियाल उगो की वजीरांबाद तक जिन्हें स्टेशन ने गड़तल गोजरा वगैरह सोधरा वगैरह, ताकि आवाम आए जाए इनू रूटीन च इस्तेमाल करे और एक बेहतरीन किस्म की जो इनकम हो। वेखते रहो संभड़ियाल सिटी।